ਦਾ ਕੀ ਮਕਸਦ ਹੁੰਦਾ ਅੱਜ ਨੋਮੀਨੇਸ਼ਨ ਦਾ ਕੀ ਮਕਸਦ ਹੁੰਦਾ ਨੋਮੀਨੇਸ਼ਨ ਦਾ ਇਹ ਮਕਸਦ ਆ ਵੀ ਅੱਜ ਮੈਂ ਇਲਾਕੇ ਨੂੰ ਰੀਪ੍ਰੈਜ਼ੈਂਟ ਕਰਨਾ ਚਾਹੁੰਦਾ ਔਰ ਮੈਂ ਕਿੰਨਾ ਲੋਕਾਂ ਨਾਲ ਰੀਪ੍ਰੈਜ਼ੈਂਟ ਕਰਨਾ ਚਾਹੁੰਦਾ ਮੈਂ ਇਲਾਕੇ ਦੀ 182,000 ਵੋਟਰਾਂ ਨੂੰ ਤੁਸੀਂ ਰੀਪ੍ਰੈਜ਼ੈਂਟ ਕਰਨਾ ਵਾ ਵਿਧਾਨ ਸਭਾ 'ਚ ਔਰ ਅਕਸਰ ਆਪਾਂ ਵੇਖੀਦਾ ਵਾ ਉਹਦੇ ਵਿੱਚ ਵੱਖ ਵੱਖ ਵਰਗਾਂ ਤੋਂ ਵੱਖ ਵੱਖ ਸਮਾਜਾਂ ਤੋਂ ਵੱਖ ਵੱਖ ਬੈਕਗਰਾਊਂਡਸ ਤੋਂ ਲੋਕ ਆਉਂਦੇ ਆ ਔਰ ਸਰਕਾਰ ਦਾ ਇੱਕ ਕੰਮ ਹੁੰਦਾ ਵਾ ਸਰਕਾਰ ਦੀ ਇੱਕ ਕੋਸ਼ਿਸ਼ ਹੁੰਦੀ ਆ ਵੀ ਜਿਹੜਾ ਅਖੀਰਲੀ ਪੰਕਤੀ ਵਾਲੇ ਲੋਕ ਆ ਸਭ ਤੋਂ ਪਹਿਲਾਂ ਉਹਨਾਂ ਦਾ ਆਪਾਂ ਕੁਛ ਨਾ ਕੁਛ ਉਧਾਰ ਕਰੀਏ ਆਹ ਮੇਰਾ ਛੋਟਾ ਵੀਰ ਆ ਹੈਂਡੀਕੈਪਡ ਆ ਮੈਂ ਇਹਨੂੰ ਜਾਣਦਾ ਨਹੀਂ ਹਾਂ ਲੇਕਿਨ ਮੈਂ ਜਦੋਂ ਯਾਤਰਾ ਕਰ ਰਿਹਾ ਸੀ ਮੈਂ ਇਹਦੇ ਹਾਲਾਤ ਵੇਖੇ ਜਦੋਂ ਮੈਂ ਪੈਦਲ ਯਾਤਰਾ ਕੀਤੀ ਮੈਂ ਪਿੰਡ 'ਚ ਗਿਆ ਆਹ ਇਹਨਾਂ ਦਾ ਪਰਿਵਾਰ ਆ ਠੀਕ ਆ ਔਰ ਜੋ ਹਾਲਾਤ ਸੀਗੇ ਮੈਨੂੰ ਮਹਿਸੂਸ ਹੋਇਆ ਵੀ ਇਹੋ ਜਿਹੇ ਬੰਦਿਆਂ ਵਾਸਤੇ ਮੈਨੂੰ ਕੰਮ ਕਰਨ ਦੀ ਲੋੜ ਆ ਆਹ ਮੇਰੀ ਮਾਤਾ ਠੀਕ ਆ ਬੋਲ ਨਹੀਂ ਸਕਦੇ ਲੇਕਿਨ ਮਸ਼ੀਨ ਦੇ ਰਾਹੀਂ ਆਪਣਾ ਸਰਾਈਂਗ ਮਸ਼ੀਨ ਦੇ ਰਾਹੀਂ ਆਪਣਾ ਘਰ ਪਾਲਦੇ ਆ ਆਹ ਮਾਤਾ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਆਹ ਇਹਨਾਂ ਦੇ ਹਸਬੈਂਡ ਇਹ ਲੋਕਾਂ ਦੀ ਆਵਾਜ਼ ਬਣਨਾ ਬਹੁਤ ਜ਼ਰੂਰੀ ਆ ਨੋਮੀਨੇਸ਼ਨ ਵਾਲੇ ਦਿਨ ਇਹਨਾਂ ਨੂੰ ਲੈ ਕੇ ਆਉਣਾ ਇੱਕ ਸਿੰਬੋਲਿਕ ਮੈਸੇਜ ਦੇਣਾ ਵਾ ਵੀ ਨਹੀਂ ਲੋਕਾਂ ਦੇ ਵਿੱਚ ਅੱਜ ਨੋਮੀਨੇਸ਼ਨ ਵਾਲੇ ਦਿਨ ਜਿਹੜਾ ਸਭ ਤੋਂ ਅਹਿਮ ਦਿਨ ਹੁੰਦਾ ਵਾ ਜਿਸ ਦਿਨ ਤੁਸੀਂ ਆਪਣਾ ਆਪਣੇ ਸਾਰੇ ਸਾਥੀਆਂ ਦੇ ਨਾਲ ਆਪਣੇ ਸਾਰੇ ਜਿਹੜੇ ਜਿਨ੍ਹਾਂ ਬੰਦਿਆਂ ਨੇ ਤੁਹਾਡੇ ਨਾਲ ਸੰਘਰਸ਼ ਕੀਤਾ ਹੁੰਦਾ ਜਿਨ੍ਹਾਂ ਬੰਦਿਆਂ ਨੇ ਤੁਹਾਡੇ ਲਈ ਮਿਹਨਤ ਕੀਤੀ ਹੁੰਦੀ ਆ ਤੁਸੀਂ ਉਹ ਬੰਦਿਆਂ ਦੇ ਨਾਲ ਜਾ ਕੇ ਕਾਗਜ਼ ਜ਼ਰੂਰ ਭਰਦੇ ਹੋ ਲੇਕਿਨ ਅਸਲ ਮਕਸਦ ਇਹੋ ਜਿਹੇ ਲੋਕ ਜਿਹੜੇ ਹੈਂਡੀਕੈਪ ਆ ਔਰ ਉਹ ਹੈਂਡੀਕੈਪ ਇਹ ਫਿਜ਼ੀਕਲੀ ਹੈਂਡੀਕੈਪਡ ਆ ਸਾਰੇ ਉਸੇ ਤਰੀਕੇ ਨਾਲ ਲੋਕ ਇਕਨੋਮਿਕਲੀ ਹੈਂਡੀਕੈਪਡ ਆ ਉਸੇ ਤਰੀਕੇ ਨਾਲ ਲੋਕ ਇਮੋਸ਼ਨਲੀ ਹੈਂਡੀਕੈਪਡ ਆ ਉਸੇ ਤਰੀਕੇ ਨਾਲ ਲੋਕ ਜਿਹੜੇ ਆਰਥਿਕ ਤੌਰ 'ਤੇ ਕਹਿ ਲਓ ਲੋਕ ਮੈਂਟਲ ਤੌਰ 'ਤੇ ਕਹਿ ਲਓ ਇਹ ਇੱਕ ਹੈਂਡੀਕੈਪਸ ਆ ਇੱਕ ਹੈਂਡੀਕੈਪ ਦਾ ਇਹ ਮਤਲਬ ਆ ਇੱਕ ਅੰਗ ਜਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਨਹੀਂ ਚੱਲ ਸਕਦੀ ਔਰ ਸਰਕਾਰ ਦਾ ਇਹ ਫਰਜ਼ ਬਣਦਾ ਵੀ ਭਾਵੇਂ ਕੋਈ ਇਕਨੋਮਿਕਲੀ ਹੈਂਡੀਕੈਪਡ ਹੋਵੇ ਭਾਵੇਂ ਕੋਈ ਮੈਂਟਲੀ ਹੈਂਡੀਕੈਪਡ ਹੋਵੇ ਭਾਵੇਂ ਕੋਈ ਫਿਜ਼ੀਕਲੀ ਹੈਂਡੀਕੈਪਡ ਹੋਵੇ ਓਪਰਚੁਨਿਟੀ ਉਹਨਾਂ ਸਾਰਿਆਂ ਵਾਸਤੇ ਬਰਾਬਰ ਮਿਲੇ ਜਿਹਨੂੰ ਸਰਕਾਰ ਨਹੀਂ ਕੁਛ ਕਰ ਸਕਦੀ ਇਹੋ ਜਿਹੇ ਲੋਕਾਂ ਵਾਸਤੇ ਸਰਕਾਰਾਂ ਬਣਦੀਆਂ ਨਾ ਕਿ ਸ਼ਾਹੂਕਾਰਾਂ ਵਾਸਤੇ ਨਾ ਕਿ ਵੱਡੇ ਵੱਡੇ ਸਰਮਾਏਦਾਰਾਂ ਵਾਸਤੇ ਮੇਰਾ ਇੱਥੇ ਅੱਜ ਨੋਮੀਨੇਸ਼ਨ ਵਾਲੇ ਦਿਨ ਇਹਨਾਂ ਸਾਰਿਆਂ ਦੇ ਨਾਲ ਆਪਣੇ ਆਪ ਦੇ ਉੱਤੇ ਵੀ ਇੱਕ ਭਾਰ ਆ ਮੇਰਾ ਆਪਣੇ ਆਪ 'ਤੇ ਵੀ ਅੱਜ ਤੁਹਾਡੇ ਮੀਡੀਆ ਦੇ ਵਿੱਚ ਇਹਨਾਂ ਲੋਕਾਂ ਨਾਲ ਸੁਰਮੁਖ ਇਸ ਕਰਕੇ ਹੋਇਆ ਤਾਂ ਕਿ ਮੈਂ ਇਹੋ ਜਿਹੇ ਲੋਕਾਂ ਨਾਲ ਇਹੋ ਜਿਹੇ ਲੋਕਾਂ ਦੀ ਆਵਾਜ਼ ਬਣ ਕੇ ਵਿਧਾਨ ਸਭਾ ਦੇ ਵਿੱਚ ਇਹੋ ਜਿਹੇ ਲੋਕਾਂ ਦੀ ਆਵਾਜ਼ ਅੱਗੇ ਰੱਖ ਵੀ ਸਕਾਂ ਔਰ ਇਹਨਾਂ ਤੱਕ ਸਰਕਾਰੀ ਸਹੂਲਤਾਂ ਪਹੁੰਚਾ ਵੀ ਸਕਾਂ ਮੈਂ ਇਹਦੇ ਵਿੱਚ ਕਹਿਣ 'ਚ ਕੋਈ ਗੁਰੇਜ਼ ਨਹੀਂ ਕਰਦਾ ਲੀਡਰਾਂ ਦਾ ਜੋ ਸਤਰ ਆ ਉਹ ਆਪਣੇ 4-5 ਆਲੇ ਦੁਆਲੇ ਜਿਹੜੇ ਲੋਕ ਆ ਔਰ ਕੁਛ ਆਪਣੇ ਜਿਹੜੇ ਮੈਂ ਕਹੂੰਗਾ ਵੀ ਇੱਥੋਂ ਤੱਕ ਵੀ ਸਿਰਫ ਆਪਣੀ ਪਾਰਟੀਆਂ ਤੋਂ ਬਾਹਰ ਨਿਕਲ ਕੇ ਉਹ ਨਹੀਂ ਸੋਚ ਪਾਉਂਦੇ ਲੇਕਿਨ ਅੱਜ ਲੋੜ ਆ ਸਰਕਾਰ ਨੂੰ ਇਹੋ ਜਿਹੇ ਲੋਕਾਂ ਦੀ ਆਵਾਜ਼ ਬਣਨ ਦੀ ਅੱਜ ਲੋੜ ਆ ਇਹੋ ਜਿਹੇ ਲੋਕਾਂ ਨੂੰ ਮੇਨ ਫਰੇਮ 'ਚ ਲੈ ਕੇ ਆਉਣ ਦੀ ਤਾਂ ਮੈਂ ਇਹਨਾਂ ਨੂੰ ਮੈਂ ਤੁਹਾਨੂੰ ਫਿਰ ਕਹਿ ਦਿੰਦਾ ਮੈਂ ਸ਼ਾਇਦ ਇਹਨਾਂ ਨੂੰ 1 ਜਾਂ 2 ਵਾਰ ਮਿਲਿਆ ਹੋਊਗਾ ਔਰ ਇੱਥੇ ਲਿਆਉਣਾ ਕੋਈ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਆ ਹਰ ਉਸ ਇਨਸਾਨ ਨੂੰ ਹਰ ਉਸ ਬੰਦੇ ਨੂੰ ਜਿਹੜਾ ਆਪਣੇ ਆਪ ਨੂੰ ਸਰਕਾਰ ਦਾ ਹਿੱਸਾ ਨਹੀਂ ਬਣ ਪਾਉਂਦਾ ਕਿਉਂਕਿ ਸ਼ਾਇਦ ਉਹਦੇ ਅੰਦਰ ਕੋਈ ਆਪਣਾ ਫਿਜ਼ੀਕਲ ਡਿਫੋਰਮਿਟੀ ਹੋਵੇ ਇਕਨੋਮਿਕਲੀ ਉਹਨੂੰ ਓਪਰਚੁਨਿਟੀ ਨਾ ਮਿਲੀ ਹੋਵੇ ਜਾਂ ਕੋਈ ਯੰਗਸਟਰ ਜਿਹਨੂੰ ਮੈਰਿਟ ਦੇ ਉੱਤੇ ਕਿਤੇ ਮੌਕਾ ਨਾ ਮਿਲਿਆ ਹੋਵੇ ਮੈਂ ਇਹ ਜਿਹੜਾ ਇਮਬੈਲੈਂਸ ਆ ਇਹ ਜਿਹੜਾ ਇੱਕ ਸਮਾਜਿਕ ਤੌਰ ਦੇ ਉੱਤੇ ਇਮਬੈਲੈਂਸ ਆ ਇਸ ਚੀਜ਼ ਨੂੰ ਰੀਪ੍ਰੈਜ਼ੈਂਟ ਕਰਨਾ ਚਾਹੁੰਦਾ ਰੋਪੜ ਹਲਕੇ ਰਾਹੀਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸੋ ਮੈਂ ਇਹਨਾਂ ਸਾਰਿਆਂ ਦਾ ਅੱਜ ਇੱਥੇ ਖੜ ਕੇ ਇਸ ਚੀਜ਼ ਦਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਇਹਨਾਂ ਸਾਰਿਆਂ ਦੀ ਭਾਵੇਂ ਮੇਰਾ ਇਹਨਾਂ ਨਾਲ ਕੋਈ ਰਿਸ਼ਤਾ ਹੋਵੇ ਨਾ ਹੋਵੇ ਭਾਵੇਂ ਮੈਨੂੰ ਇਹ ਜਾਣਦੇ ਹੋਣ ਨਾ ਜਾਣਦੇ ਹੋਣ ਲੇਕਿਨ ਮੇਰਾ ਫਰਜ਼ ਬਣਦਾ ਵਾ ਇਹ ਮੈਨੂੰ ਕੋਈ ਵੋਟ ਪਾਉਣ ਨਾ ਪਾਉਣ ਅਗਰ ਮੈਨੂੰ ਰੋਪੜ ਹਲਕਾ ਮੌਕਾ ਦਊਗਾ ਮੈਂ ਇਹਨਾਂ ਲੋਕਾਂ ਦੀ ਆਵਾਜ਼ ਬਣ ਕੇ ਇਹਨਾਂ ਲੋਕਾਂ ਦਾ ਮੈਂ ਇਹ ਕਹੂੰਗਾ ਵੀ ਇੱਕ ਇਹਨਾਂ ਦਾ ਪ੍ਰਤੀਕ ਇਹਨਾਂ ਦਾ ਬੱਚਾ ਬਣ ਕੇ ਇਹਨਾਂ ਦੇ ਵੱਲੋਂ ਇਹਨਾਂ ਦੀ ਹਰ ਗੱਲ ਮੇਰੇ ਤੱਕ ਪਹੁੰਚ ਕਰ ਸਕਣ ਨਾ ਕਰ ਸਕਣ ਲੇਕਿਨ ਮੇਰੀ ਸੋਚ ਇਹ ਆ ਇਹਨਾਂ ਲੋਕਾਂ ਦੀ ਆਵਾਜ਼ ਬਣ ਕੇ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਹਾਨੂੰ ਸਰਕਾਰ ਦਾ ਹਰ ਉਹ ਫੈਸਿਲਿਟੀ ਇਹਨਾਂ ਤੱਕ ਪਹੁੰਚਾਈ ਜਾਵੇ ਔਰ ਇਹਨਾਂ ਨੂੰ ਸਰਕਾਰ ਦੇ ਨਾਲ ਜੋੜਿਆ ਜਾਵੇ ਦੇਖੋ ਹਰ ਟਾਈਮ ਆਪਾਂ ਨੈਗੇਟਿਵਿਟੀ ਨਾਲ ਨਾ ਗੱਲ ਕਰਿਆ ਕਰੀਏ 70 ਸਾਲਾਂ ਤੋਂ ਲੈ ਕੇ 5 ਸਾਲਾਂ ਤੋਂ ਲੈ ਕੇ ਬਹੁਤ ਸਰਕਾਰਾਂ ਰਹੀਆਂ ਅੱਜ ਜਿੱਥੋਂ ਸ਼ੁਰੂਆਤ ਕਰ ਰਹੇ ਹਾਂ ਉਹਦੀ ਗੱਲ ਕਰੀਏ ਅੱਗੇ ਵੀ ਇਹੀ ਸਭ ਕੁਛ ਕਰਨਾ ਪਿੱਛੇ ਜੋ ਹੋ ਗਿਆ ਹੋ ਆ ਗਿਆ ਉਹਦੀ ਬਾਅਦ 'ਚ ਗੱਲ ਕਰੀਏ ਲੇਕਿਨ ਅੱਜ ਅਗਰ ਇੱਥੇ ਖੜ ਕੇ ਗੱਲ ਕਰਦੇ ਹਾਂ
तो फिर यह मतलब अगले 5 साल की सोचिए, अगले 10 साल की सोचिए, अगले 15 साल की सोचिए, कितने का नींह पत्थर रखे जाएंगे कि आप सोचिए भी पहलों नहीं होया तो अज भी नहीं होगा। सो ये इस चीज़ को बदलना पेगा और मैं मीडिया में भी कहूँगा, मैं तुहानू भी सारे कहूँगा, इनू कोई इस तरीके ना वेख्या जाए, क्योंकि अज एक दिन हों जो मीडिया भी आती है, जो एक मैसेज देने की कोशिश होंगी लोगों को, और अज का मैसेज जाता वा लोगों के ਤਾਂ ਕਰਕੇ ਮੈਂ ਇਹਨਾਂ ਲੋਕਾਂ ਨੂੰ, ਇਹਨਾਂ ਭਰਾਵਾਂ ਦਾ, ਇਹਨਾਂ ਦਾ ਭੈਣਾਂ ਦਾ, ਇਹਨਾਂ ਮਾਵਾਂ ਦਾ, ਇਹਨਾਂ ਬਜ਼ੁਰਗਾਂ ਦਾ ਧੰਨਵਾਦੀ ਹਾਂ। ਔਰ ਮੈਂ ਮੈਸੇਜ ਦੇਣਾ ਚਾਹੁੰਦਾ, ਮੈਂ ਆਪ ਕਹਿ ਰਿਹਾ ਵੀ ਮੈਂ ਮੈਸੇਜ ਦੇਣਾ ਚਾਹੁੰਦਾ, ਅਸੀਂ ਕੁਛ ਵੀ ਕਰਦੇ ਹਾਂ ਹਰ ਚੀਜ਼ ਦਾ ਇੱਕ ਮੈਸੇਜ ਹੁੰਦਾ ਵਾ, ਹਰ ਚੀਜ਼ ਦੀ ਇੱਕ ਲੋਕਾਂ 'ਚ ਵਿਸ਼ਵਾਸ ਪੈਦਾ ਕਰਨ ਦੀ ਗੱਲ ਹੁੰਦੀ ਆ, ਤੁਹਾਨੂੰ ਵਿਸ਼ਵਾਸ ਪੈਦਾ ਕਰਨਾ ਪਊਗਾ। ਅਲਟੀਮੇਟਲੀ ਲੋਕਾਂ ਦਾ ਵਿਸ਼ਵਾਸ ਉੱਠਿਆ ਜਾ ਰਿਹਾ ਸਰਕਾਰਾਂ ਤੋਂ, ਲੋਕਾਂ ਨੂੰ ਇਹ ਲੱਗਦਾ ਵੀ ਨਹੀਂ ਸ਼ਾਇਦ ਸਰਕਾਰ 'ਚ ਆ ਕੇ ਵੀ ਵੋਟਾਂ ਪਾ ਕੇ ਪਤਾ ਨਹੀਂ ਕੱਲ੍ਹ ਨੂੰ ਸੁਣਾਂਗੇ ਕਿ ਨਹੀਂ ਸੁਣਾਂਗੇ। ਸੋ ਮੇਰੀ ਇਹ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਵੀ ਇਹਨੂੰ, इस मैसेज ਨੂੰ ਆਪਾਂ ਲੋਕਾਂ ਤੱਕ ਪਹੁੰਚਾਈਏ ਵੀ ਉਹ ਭਾਵੇਂ ਮੈਂ ਵਾਂ, ਇੱਕ ਜਿਹੜਾ ਵੀ ਵਿਧਾਨ ਸਭਾ ਰੋਪੜ ਤੋਂ ਜਾਵੇ, ਜਿਹੜਾ ਵੀ ਪੰਜਾਬ ਦੇ ਵਿੱਚ ਜਾਵੇ, ਇਹਨਾਂ ਲੋਕਾਂ ਦੀ ਆਵਾਜ਼ ਚੱਕੇ ਮੈਂ ਸੰਤੁਸ਼ਟ ਹੋਊਂਗਾ। ਇਹ ਨਹੀਂ ਆ ਵੀ ਮੈਂ ਹੀ ਚੱਕਣੀ ਆਵਾਜ਼, ਜਿਹੜਾ ਵੀ ਕੋਈ ਲੀਡਰ ਆ, ਜਿਹੜਾ ਵੀ ਕੋਈ ਪਾਰਟੀ ਆ, ਇਹਨਾਂ ਲੋਕਾਂ ਦੀ ਆਵਾਜ਼ ਜ਼ਰੂਰ ਚੱਕੀ ਜਾਣੀ ਚਾਹੀਦੀ ਆ, ਤਾਂ ਹੀ ਜਾ ਕੇ ਆਪਾਂ ਸਮਾਜ ਦੀ, ਦੇਖੋ ਲੀਡਰਾਂ ਨੂੰ ਆਪਾਂ ਸੋਚੀਦਾ ਵੀ ਆਪਣਾ ਚਾਰ ਭੈਣ ਭਰਾ ਖੁਸ਼ ਕਰ ਲਓ, ਚਾਰ ਯਾਰ ਦੋਸਤ ਖੁਸ਼ ਕਰ ਲਓ, ਉਹ ਮਕਸਦ ਨਹੀਂ ਆ ਰਾਜਨੀਤੀ ਦਾ। ਰਾਜਨੀਤੀ ਦਾ ਮਕਸਦ ਆ ਇਹੋ ਜਿਹੇ ਲੋਕਾਂ ਦੀ ਆਵਾਜ਼ ਬਣਨਾ, ਰਾਜਨੀਤੀ ਦਾ ਮਕਸਦ ਆ ਆਪਣੇ ਪਰਿਵਾਰ ਨੂੰ ਮਗਰ ਰੱਖ ਕੇ ਇਹੋ ਜਿਹੇ ਲੋਕਾਂ ਨੂੰ ਅੱਗੇ ਵਧਾਉਣਾ, ਔਰ ਪਰਿਵਾਰ ਦੇ ਰਾਹੀਂ ਪਰਿਵਾਰ ਨੂੰ ਅੱਗੇ ਸਰਮੁੱਖ ਨਾ ਰੱਖਣਾ। ਇਹ ਮੇਰਾ ਪਰਿਵਾਰ, ਇਹ ਲੋਕਾਂ ਪ੍ਰਤੀ ਮੇਰੀ ਜ਼ਿੰਮੇਵਾਰੀ ਹੈ। ਤੇ ਹੋਰ ਕੀ ਪ੍ਰਾਇਓਰਟੀ ਰਹੂਗੀ ਜੀ ਹਲਕੇ ਦੇ ਵਿੱਚ ਜੇ ਤੁਸੀਂ ਜਿੱਤ ਕੇ ਆਉਂਦੇ ਹੈਗੇ ਆ ਜੀ? ਕੀ ਪ੍ਰਾਇਓਰਟੀ ਰਹੂਗੀ, ਕਿਹੜੇ ਕੰਮਾਂ ਦੀ? ਕੰਮਾਂ ਦੀ ਪ੍ਰਾਇਓਰਟੀਜ਼ ਦੀ ਤਾਂ ਲਿਸਟ ਬਹੁਤ ਲੰਬੀ ਆ। ਤੁਸੀਂ ਰੋਪੜ ਤੋਂ ਸ਼ੁਰੂ ਹੋ ਕੇ ਨੂਰਪੁਰ ਬੇਦੀ ਤੋਂ ਲੈ ਕੇ ਘਨੌਲੀ ਪਰਖਾਲੀ ਤੱਕ ਜਿੱਥੇ ਮਰਜ਼ੀ ਚੱਲ ਜਾਓ, ਕੰਮ ਹੀ ਕੰਮ ਆ। ਤੁਸੀਂ ਆ ਖੋਖਿਆਂ ਤੋਂ ਸ਼ੁਰੂ ਕਰ ਲਓ, ਤੁਸੀਂ ਅੱਜ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਆਏ ਆ, ਉਹਨਾਂ ਤੋਂ ਪਤਾ ਕਰ ਲਓ ਵੀ ਇੱਥੋਂ ਦੀਆਂ 10 ਡਿਮਾਂਡਾਂ ਹੋਣਗੀਆਂ, ਰੋਪੜ ਦੀਆਂ 10 ਡਿਮਾਂਡਾਂ ਹੋਣਗੀਆਂ। ਪ੍ਰਾਇਓਰਟੀਜ਼ ਦੀ ਕੋਈ ਇਹ ਨਹੀਂ ਆ, ਪ੍ਰਾਇਓਰਟੀਜ਼ ਕੀ ਆ? ਪ੍ਰਾਇਓਰਟੀਜ਼ ਐਂ ਨਹੀਂ ਬਣਦੀਆਂ ਕਿ ਮੈਂ ਟੋਪ ਦੇ, ਮੇਰੇ ਏਜੰਡੇ 300 ਕੰਮ ਆ, ਮੈਂ 300 ਕੰਮ ਦਾ ਹੀ 5 ਈਅਰ ਪਲਾਨ ਬਣਾਉਣਾ ਚਾਹੁੰਦਾ ਵੀ ਆਹ ਕੰਮ ਇਸ ਟਾਈਮ ਦੇ ਵਿੱਚ ਟਾਈਮ ਫਰੇਮ 'ਚ ਹੋਣੇ ਚਾਹੀਦੇ, 5 ਸਾਲਾਂ ਦੇ ਵਿੱਚ, ਭਾਵੇਂ ਅਖੀਰ 'ਚ ਹੋਣ ਭਾਵੇਂ ਪਹਿਲਾਂ ਹੋਣ, ਇਹ ਕੰਮ ਜਿਹੜਿਆ ਸ਼ੁਰੂਆਤ ਕਿਹੜੇ ਕੰਮਾਂ ਤੋਂ ਕੀਤੀ ਜਾਏਗੀ, ਕਿਉਂਕਿ ਲੋਕ ਜਾਣਨਾ ਚਾਹ ਰਹੇ ਆ ਜੀ। ਸ਼ੁਰੂਆਤ ਮੈਨੂੰ ਜਿਤਾ ਦਿਓ ਪਹਿਲਾਂ, ਫਿਰ ਮੈਂ ਤੁਹਾਨੂੰ ਸ਼ੁਰੂਆਤ ਕਰ ਦੂੰਗਾ। ਜਿਤਾਉਂਗੇ ਤਾਂ ਪਬਲਿਕ ਕਿਉਂ ਜਿਤਾਵੇ ਤੁਹਾਨੂੰ? ਤੁਸੀਂ ਉਹੀ ਤਾਂ ਗੱਲ ਹੈ ਨਾ, ਇਹੀ ਤਾਂ ਮੈਂ ਦੱਸ ਰਿਹਾ ਵੀ ਪ੍ਰਾਇਓਰਟੀ ਕਿਹੜੇ ਕੰਮਾਂ ਦੀ ਹੋਊਗੀ। ਤੁਸੀਂ ਕੰਮਾਂ ਨੂੰ ਲੈ ਕੇ ਕਹਿ ਰਹੇ ਹੋ, ਮੈਂ ਕਹਿ ਰਿਹਾ ਵੀ ਹਰ ਚੀਜ਼ ਨੂੰ, ਪ੍ਰਾਇਓਰਟੀਜ਼ ਤੋਂ ਲੈ ਕੇ ਛੋਟੀਆਂ ਚੀਜ਼ਾਂ ਤੋਂ ਲੈ ਕੇ ਵੱਡੀਆਂ, ਮੈਂ ਇੱਕ ਪ੍ਰਾਇਓਰਟੀ ਬੋਲੂਗਾ, ਇੱਕ ਸੈਕਸ਼ਨ, ਬਾਕੀ ਕਹਿਣਗੇ ਸਾਡੀ ਪ੍ਰਾਇਓਰਟੀ ਨਹੀਂ ਆ। ਸ਼ੁਰੂਆਤ ਕਿੱਥੋਂ ਤੱਕ ਕਰਾਂਗੇ? ਸ਼ੁਰੂਆਤ ਭਾਜੀ 300 ਕੰਮਾਂ ਤੋਂ ਕਰਾਂਗੇ, 300 ਕੰਮਾਂ ਦਾ ਏਜੰਡਾ ਡੀਸੀ, ਐਸਐਸਪੀ, ਮੰਤਰੀਆਂ ਤੱਕ ਡਾਇਰੈਕਟਲੀ ਪਹਿਲੇ ਦਿਨ ਤੋਂ, ਸਿੰਘਪੁਰ ਦੇ ਹਸਪਤਾਲ ਤੋਂ, ਰੋਪੜ ਦੇ ਈਕੋ ਟੂਰਿਜ਼ਮ ਤੋਂ, ਫੈਕਟਰੀਆਂ ਦੇ ਵਿੱਚ ਜਿਹੜਾ ਚੱਲ ਰਿਹਾ, ਟਰੱਕਾਂ ਦੇ ਵਿੱਚ ਜਿਹੜਾ, ਖਾਸ ਤੌਰ 'ਤੇ ਕਹੂੰਗਾ ਜਿਹੜੇ ਟਰੱਕ ਯੂਨੀਅਨਸ ਜਿਹੜੀਆਂ ਬਹਾਲ ਹੋ ਰਹੀਆਂ, ਲੋਕਲ ਟਰੱਕਾਂ ਨੂੰ ਰੁਜ਼ਗਾਰ ਦਿਵਾਉਣ ਤੋਂ, ਸਭ ਤੋਂ ਇੰਪੋਰਟੈਂਟ ਮੁੱਦਾ ਕਿਤੇ ਨਾ ਕਿਤੇ ਅੱਜ ਦੇ ਸਮੇਂ 'ਚ ਵੀ, ਡੀਸੀਐਮ ਫੈਕਟਰੀ ਬੰਦ ਹੋਈ ਲੇਕਿਨ ਰੁਜ਼ਗਾਰ ਗਿਆ, ਉਹ ਚਲੋ ਵੱਖਰੇ ਕਾਰਨ ਸੀ, ਲੇਕਿਨ ਜਿੱਥੇ ਫੈਕਟਰੀਆਂ ਚੱਲ ਰਹੀਆਂ, ਭਾਵੇਂ ਉਹ ਸੀਮਿੰਟ ਫੈਕਟਰੀ ਹੋਵੇ, ਭਾਵੇਂ ਥਰਮਲ ਪਲਾਂਟ ਹੋਵੇ, ਉੱਥੇ ਲੋਕਲ ਬੰਦਿਆਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ। ਸੋ ਇਹ ਇੱਕ ਬੜਾ ਜਨਰਲਾਈਜ਼ਡ ਕੁਐਸਚਨ ਆ, ਕਿਹੜੇ ਕੰਮ 4 ਹੋਣਗੇ, 4 ਕਿਉਂ? ਤੁਸੀਂ ਕਹੋ ਕਿਹੜੇ 100 ਕੰਮ ਹੋਣਗੇ, ਔਰ 100 ਕੰਮ ਹੋ ਸਕਦੇ ਆ, ਵੱਖਰੇ ਵੱਖਰੇ ਡਿਪਾਰਟਮੈਂਟਸ ਆ, ਵਾਟਰ ਸਪਲਾਈ ਦੇ ਨਾਲ ਪਹਿਲਾ ਕੰਮ, ਫਾਈਨੈਂਸ ਨਾਲ ਵੱਖਰਾ ਕੰਮ, ਆਪਣਾ ਰੂਰਲ ਡਿਵੈਲਪਮੈਂਟ ਨਾਲ ਵੱਖਰਾ ਕੰਮ, ਇਰੀਗੇਸ਼ਨ ਨਾਲ ਵੱਖਰਾ ਕੰਮ, ਹਰ ਡਿਪਾਰਟਮੈਂਟ ਦਾ ਕੰਮ ਪ੍ਰਾਇਓਰਟੀ 'ਤੇ ਜਿਸ ਜਿਵੇਂ ਜਿਵੇਂ ਮੰਤਰੀ ਮਿਲਦੇ ਜਾਣਗੇ, ਉਵੇਂ ਉਵੇਂ ਕੰਮ ਕਰਾਉਂਦੇ ਜਾਵਾਂਗੇ।